और अगला साडा सैगमेंट आया जी कि वह असी कर रहे हैं कि मुन्नू भाई का नाम मुनीर अहमद कुरैशी सी, वह भी एक बड़ा ही तरक्की पसंद, बड़ा ही खूबसूरत इंसान, जिन्होंने कॉलम भी लिखे, जिन्होंने शायरी भी की, जिन्होंने मजदूरों की तहरीकों नाल भी जुड़े रहे, उन्होंने बारे भी थोड़ी जी कोई बड़ा बड़ा इनकलाबी जहा बंदा सी। बेशक फिर सादी गल विजडम दे नाल कहिंदा सी। मनू भाई नू मैं वैसे भी सुनिया और वैसे भी देखे और बैठे भी हाँ रेडियो पाकिस्तान से भी इधर उधर। मनू भाई एक विखारियां दे बीच एक ऑलराउंडर वखरे टाइप दा ऑलराउंडर वो हर तरह दा शुद्ध लिखण वाला बंदा, आसान जुमला लिखण वाला बंदा, लोकां नू समझाण लई उन्हें हमेशा कोशिश की थी और उन्हें अपनी नज़मां च अपनी तहरीरां च अपने कलम च मुआशरे दे सुधार दा जिहड़ा उन्हें बीड़ा चुकया सी ना, उन्हें उन्हू कदी सुटिया नहीं, मूँह तों कढ़िया नहीं। वह बंदा बड़ा तरक्की पसंद इरतका वाले बड़ी नज़र सी उन्हां दी और कई चीज़ां नू वह मनदे सन, कई चीज़ां नू नहीं सन मनदे। वह बंदा हाँ नाल हाँ और जी ना जी करने वाला नहीं सी, नहीं जी खड़ोन वाला सी, बंदा खड़ोन वाला आदमी सी, थोड़ा जिहा नज़रियात उन्हां दे जिहड़े सन उत्थे कमिटेड सी, उहदे बड़े कमिटेड आदमी सन, बड़े कमिटेड आदमी सन। उन्होंने अगर एवें एक कमर्शियल एक ड्रामा ना लिखा सोना चांदी अगर तुहानूं याद होवे ते ओह तारीख हो गया टीवी दी, इस करके कि उहदे च जिहड़ियां चीज़ां सन जो सीन सीनरी असीं देखीए ਉਹਦੇ ਵਿੱਚ ਅਸੀਂ ਦੇਖਿਆ ਲੋਕਾਂ ਦੇ ਮਸਾਇਲ ਸਨ ਔਰ ਲੋਕਾਂ ਦੇ ਮਸਾਇਲ ਰੀਅਲਿਸਟਿਕ ਗਰਾਊਂਡ ਰਿਐਲਿਟੀ ਨਾਲ ਜੁੜਿਆ ਜੁੜੇ ਸਨ ਬਿਲਕੁਲ ਇਸ ਤਰ੍ਹਾਂ। ਉਹ ਜਿਹੜੀ ਹੈ ਨਾ ਜੀ ਰਹਿਤਲ ਦੇ ਤਕਾਜ਼ੇ ਪੂਰੇ ਕਰਨੇ ਧਰਤੀ ਦੇ ਨਾਲ ਧਰਤੀ ਦੇ ਨਾਲ ਜੁੜਾਓ ਜਿਹੜਾ ਹੁੰਦਾ ਉਹ ਮਨੂ ਭਾਈ ਦਾ ਬਹੁਤ ਜ਼ਿਆਦਾ। ਬੇਸ਼ੱਕ ਮਨੂ ਭਾਈ ਮੈਂ ਉਹਨਾਂ ਨੂੰ ਇੰਟਲੈਕਚੁਅਲ ਵਿੱਚੋਂ ਸ਼ੁਮਾਰ ਕਰਨਾ, ਮੈਂ ਉਹਨਾਂ ਨੂੰ ਕੋਈ ਸਿਰ ਲਿਖਾਰੀ ਨਹੀਂ ਸਮਝਦਾ, ਇੰਟਲੈਕਟ ਨਾਲ ਭਰੇ ਲੋਕ ਸਨ, ਇੱਕ ਤਹਿਰੀਕ ਸੀ ਸਰ ਜੀ। ਉਹ ਬੜਾ ਜ਼ਬਰਦਸਤ ਆਦਮੀ ਸਨ, ਉਹਨਾਂ ਦੇ ਖਿਆਲਾਤ ਜਿਹੜੇ ਸਨ ਉਹ ਥੋੜ੍ਹੇ ਜਿਹੇ ਬਾਗੀ ਸਨ, ਉਹ ਇੱਕ ਜੋ ਵੀ ਉਹਨਾਂ ਦੇ ਅਹਿਦ ਦੇ ਨਾਲ ਨਾਲ ਲੰਘਦਾ ਸੀ ਉਹ ਉਹਨੂੰ ਕਿਤੇ ਨਾ ਕਿਤੇ ਝਰੀਟ ਜ਼ਰੂਰ ਮਾਰਦੇ ਸਨ, ਸਾਡੇ ਸੋਸਾਇਟੀ ਦਾ ਰਵੱਈਏ ਨੇ ਕਿ ਇੱਥੇ ਰਾਜ ਖਾਨ ਨੂੰ ਮਿਲ ਜਾਵੇ ਤੇ ਫਿਰ ਅਸੀਂ ਫਨ ਨੂੰ ਜ਼ਰਾ ਥੋੜਾ ਜਿਹਾ ਪਰਾਂ ਕਰ ਦਿੰਦੇ ਹਾਂ ਪਲੇਟ ਦੀ, ਅਤੇ ਉਹ ਲੋਕਾਂ ਦੇ ਵਤੀਰਿਆਂ ਤੋਂ ਬੜਾ ਨਾਰਾਜ਼ ਸੀ। ਉਹ ਬੰਦਾ ਸੂਟ ਟਾਈ ਦੇ ਵਿੱਚ ਵੀ ਜਦੋਂ ਅੱਲਾਹ ਨੇ ਉਹਨਾਂ ਨੂੰ ਦਿੱਤਾ ਬੇਪਨਾ ਅਤੇ ਉਹ ਉਹਦੇ ਵਿੱਚ ਵੀ ਗੱਲ ਹੱਕ ਦੀ ਕਹਿਣ ਤੋਂ ਮੁੜਿਆ ਨਹੀਂ। ਬੇਸ਼ੱਕ ਜੀ ਜਿਹੜਾ ਉਹਨਾਂ ਕੌਲਮ ਗਿਰੇਬਾਨ ਸੀ, ਹਾਂ ਉਹ ਗਿਰੇਬਾਨ ਦਰਅਸਲ ਉਹ ਸੋਸਾਇਟੀ ਦਾ ਗਿਰੇਬਾਨ ਸੀ, ਸੋਸਾਇਟੀ ਦਾ ਗਿਰੇਬਾਨ ਉਹਨਾਂ ਫੜੀ ਰੱਖਿਆ ਜੀ, ਕਦੀ ਨਹੀਂ ਛੱਡਿਆ। ਉਹ ਬੰਦਾ ਚੂੰਕਿ ਜਿਹੜਾ ਬੰਦਾ ਸੱਚਾ ਹੋਵੇ ਨਾ ਜੀ ਔਰ ਹੱਕ ਦੀ ਕਹਿਣਾ ਜਾਣਦਾ ਹੋਵੇ, ਹਸਾਸ ਹੋਵੇ ਔਰ ਸੋਸਾਇਟੀ ਦੇ ਨੋਰਮਸ ਨੂੰ ਪ੍ਰੋਪਰ ਜਾਣਦਾ ਹੋਵੇ, ਉਹਦੇ ਨੰਬਰ ਨੂੰ ਜਾਣਦਾ ਸੀ, ਹਾਂ ਜੀ ਉਹ ਨਬਾਜ਼ ਆਦਮੀ ਸੀ, ਬੇਪਨਾਹ ਕਾਬਿਲ ਆਦਮੀ ਸੀ, ਲਾਇਕ ਫਾਇਕ ਆਦਮੀ ਸੀ। ਅਤੇ ਇੱਥੇ ਤਾਂ ਚੂੰਕਿ ਉਹਨਾਂ ਲੋਕਾਂ ਨੂੰ ਜਿਹੜੇ ਮਹਿੰਗੇ ਸਿਗਾਰ ਪੀਂਦੇ ਰਹੇ, ਜਿਹੜੇ ਇੰਪੋਰਟਡ ਕੱਪੜੇ ਪਾਉਂਦੇ ਰਹੇ, ਉਹਨਾਂ ਨੂੰ ਲੋਕਾਂ ਨੇ ਜ਼ਿਆਦਾ ਉਹਨਾਂ ਦੀ ਇੱਕ ਨਜ਼ਮ ਹੈ ਜੀ, ਉਹਨਾਂ ਦੀ ਜਿਹੜੀ ਜ਼ਿੰਦਗੀ 'ਚ ਉਹਨਾਂ ਨੇ ਜੀ ਉਹ ਬੜੀ ਹੀ ਅੱਛੀ ਸੀ ਨਜ਼ਮ ਕਿ ਮੈਂ ਚਾਹੁੰਦਾ ਸਾਂ ਕਿ ਅਸੀਂ ਉਹਦੇ 'ਤੇ ਜਿਹੜਾ ਨਾ ਪ੍ਰੋਗਰਾਮ ਦਾ ਜਿਹੜਾ ਆਪਣਾ ਵੈਂਡ ਅਪ ਕਰੀਏ ਜੀ ਅਸੀਂ। ਅਤੇ ਉਹ ਕਹਿੰਦੇ ਨੇ ਜੀ ਕਿ ਉਹ ਵੀ ਖੂਬ ਦਿਹਾੜੇ ਸਨ, ਭੁੱਖ ਲੱਗਦੀ ਸੀ ਮੰਗ ਲੈਂਦੇ ਸਾਂ, ਮਿਲ ਜਾਂਦਾ ਸੀ ਖਾ ਲੈਂਦੇ ਸਾਂ, ਨਹੀਂ ਸੀ ਮਿਲਦਾ ਤਾਂ ਰੋ ਪੈਂਦੇ ਸਾਂ, ਰੋਂਦੇ ਰੋਂਦੇ ਸੌ ਰਹਿੰਦੇ ਸਾਂ। ਔਰ ਇਹ ਵੀ ਖੂਬ ਦਿਹਾੜੇ ਨੇ, ਭੁੱਖ ਲੱਗਦੀ ਇਹ ਮੰਗ ਨਹੀਂ ਸਕਦੇ, ਮਿਲਦਾ ਏ ਤਾਂ ਖਾ ਨਹੀਂ ਸਕਦੇ, ਨਹੀਂ ਮਿਲਦਾ ਤਾਂ ਰੋ ਨਹੀਂ ਸਕਦੇ, ਨਾ ਰੋਈਏ ਅਤੇ ਸੌ ਨਹੀਂ ਸਕਦੇ। ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ? ਮੈਂ ਬਹੁਤ ਸ਼ੁਕਰਗੁਜ਼ਾਰ ਹਾਂ
मैं बहुत थोड़ा जी धन्यवाद थोड़ा कि तुसी साडे प्रोग्राम च तशरीफ लांदी साडे नाल बहुत खूबसूरत गल्लां कीतियां और यकीन जानोगे कि अजे तक मेरा दिल नहीं भरिया गल्लां नाल इन्हां दे मैं शहर चों नहीं निकल सकिया परवेज कलीम साहब दे और ये पूरे का पूरा 50 साल की जी ये हिस्टरी जी ना वो असी इन्नी जल्दी च नहीं फरोड़ सकते बहुत सारी गल्लां रह गईयां बहुत सारी बातें रह गईयां अपना बहुत सारा ख्याल रखना कि बंदा चाहे तो की नहीं कर सकता मनिया वेला भी तंग तो तंग आंदा है रांझा तख्त हजारे टुरे तो सही पैर हेठ सियालों का चंग आंदा है अपने मेजबान मुश्ताक कमल दो इजाजत पाकिस्तान जिंदाबाद।